ਸੋ ਸੁਭਦ ਵਿਚਾਰਾ ਮਨ ਵੀ ਐ ਸੋ ਸੁਭਦ ਵਿਚਾਰਾ ਤੇਮ ਹਰ ਸਹਰ ਉਰਤਾ ਮਨ ਵੀ ਐ ਸੋ ਸੁਭਦ ਵਿਚਾਰਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ੁਕਰ ਵਾਹਿਗੁਰਜ ਜੀ ਦਾ ਸਹਜੇ ਸਹਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਆਂ ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 409 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਰਜਨ ਦੇਵ ਪਾਤਸ਼ਾਹ ਜੀ ਦੇ ਸ਼ਬਦ ਚੱਲਦੇ ਨੇ ਉਹ ਕਰੀਏ ਦੀਦਾਰ ਜੀ ਆਸਾ ਮਹੱਲਾ 5 ਆਸਾ ਰਾਗ ਦੇ ਵਿੱਚ ਗੁਰੂ ਰਜਨ ਦੇਵ ਪਾਤਸ਼ਾਹ ਜੀ ਦਾ 156ਵਾਂ ਸ਼ਬਦ ਹੈ ਦੋ ਪਦਿਆਂ ਦਾ ਸ਼ਬਦ ਹੈ ਪਹਿਲੀ ਪੰਕਤੀ ਰਹਾਉ ਪਦਾ ਹੈ ਸੈਂਟਰਲ ਆਈਡੀਆ ਹੈ ਸ਼ਬਦ ਦਾ ਹਰਖ ਸੋਗ ਬੈਰਾਗ ਅਨੰਦੀ ਖੇਲ ਦੀ ਦਿਖਾਇਓ ਰਹਾਉ ਅਨੰਦੀ ਆਨੰਦ ਸਰੂਪ ਵਾਹਿਗੁਰੂ ਜੀ ਨੇ ਮੇਰੇ ਤੇ ਬਖਸ਼ਿਸ਼ ਕੀਤੀ ਇਸ ਸੰਸਾਰ ਦੇ ਵਿੱਚੋਂ ਤਿੰਨ ਚੀਜ਼ਾਂ ਦੀ ਸਮਝ ਪਈ ਇੱਥੇ ਖੁਸ਼ੀ ਹੈ ਇੱਥੇ ਗਮੀ ਹੈ ਇੱਥੇ ਬੈਰਾਗ ਹੈ ਕਦੀ ਕਦੀ ਮਨ ਖੁਸ਼ੀਆਂ ਮਾਣਦਾ ਹੈ ਬੜਾ ਖੁਸ਼ ਹੈ ਕਦੇ-ਕਦੇ ਬੜਾ ਉਦਾਸ ਹੈ ਗਮੀ ਛਾ ਜਾਂਦੀ ਹੈ ਤੇ ਕਦੇ-ਕਦੇ ਅੰਦਰ ਬੈਰਾਗ ਹੈ ਪਰ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਾਣੀ ਨੇ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੇ ਸਿਖਾਉਣਾ ਕਿ ਅੰਦਰ ਆਨੰਦ ਬਣਿਆ ਰਵੇ ਗਮੀ ਵਿੱਚ ਵੀ ਬੈਰਾਗ ਵਿੱਚ ਵੀ ਇਸ ਲਈ ਇੱਥੇ ਪ੍ਰਮਾਤਮਾ ਨੂੰ ਪ੍ਰਭੂ ਨੂੰ ਨੰਦਸ ਰੂਪ ਕੇ ਹੈ ਉਸ ਆਨੰਦ ਸਰੂਪ ਵਾਹਿਗੁਰੂ ਜੀ ਨੇ ਮੈਨੂੰ ਇਹ ਦਿਖਾ ਦਿੱਤਾ ਸੰਸਾਰ ਰਹਾਉ ਸੈਂਟਰਲ ਆਈਡੀਆ ਹੈ ਖਿੰਹੂ ਪਰ ਨਿਰਪੈ ਖਿੰਹੂ ਖਿੰਹੂ ਉਠਤਾਇਓ ਇਹ ਮੰਨ ਦੀ ਅਵਸਥਾ ਹੈ ਮਨ ਕਦੀ ਤਾਂ ਭੈ ਵਿੱਚ ਹੁੰਦਾ ਹੈ ਡਰਿਆ ਹੁੰਦਾ ਹੈ ਕਦੀ ਬੜਾ ਨੇ ਡਰ ਹੁੰਦਾ ਹੈ ਤੇ ਕਦੀ ਇਹ ਦੁਨਿਆਵੀ ਰਸਾਂ ਕਸਾਂ ਬਲ ਦੌੜਦਾ ਹੈ ਭੱਜਦਾ ਹੈ ਖਿੱਚਿਆ ਜਾਂਦਾ ਹੈ ਕਿਨ ਹੂੰ ਰਸ ਭੋਗਨ ਖਿਨ ਹੂੰ ਖਿਨ ਹੂੰ ਤਜ ਜਾਇਓ ਇੱਕ ਛਿਨ ਵਿੱਚ ਇੱਕ ਪਲ ਵਿੱਚ ਇਹਦੇ ਅੰਦਰ ਰਸ ਜਾਗ ਪੈਂਦੇ ਨੇ ਇੱਕ ਛਿਨ ਵਿੱਚ ਉਹਨਾਂ ਰਸਾਂ ਨੂੰ ਭੋਗਣ ਤੁਰ ਪੈਂਦਾ ਏ ਤੇ ਇੱਕ ਖਿਨ ਵਿੱਚ ਹੀ ਪਲ ਵਿੱਚ ਹੀ ਉਸ ਨੂੰ ਛੱਡ ਦਿੰਦਾ ਏ ਇਹ ਮਨ ਦੀ ਅਵਸਥਾ ਹੈ ਕਿਨ ਹੂੰ ਜੋਗ ਤਾਪ ਬਹੁ ਪੂਜਾ ਖਿਨ ਹੂੰ ਪਰਮਾਇਓ ਕਦੀ ਕਦਾਈਂ ਇਹ ਮਨ ਜਿਹੜਾ ਹੈ ਉਜੋਗ ਕਰਦਾ ਹੈ ਭਗਵਾਨ ਰੱਬ ਨਾਲ ਜੁੜਨ ਦਾ ਯਤਨ ਕਰਦਾ ਹੈ ਉਹਦੇ ਲਈ ਤਪਸ਼ਿਆ ਕਰਦਾ ਹੈ ਤਪ ਕਰਦਾ ਹੈ ਉਦਮ ਕਰਦਾ ਹੈ ਕਦੀ ਕਦੀ ਪੂਜਾ ਕਰਦਾ ਹੈ ਤੇ ਕਦੀ ਕਦੀ ਭਟਕਿਆ ਰਹਿੰਦਾ ਹੈ ਪਰਮਨ ਪਰਮ ਦੇ ਵਿੱਚ ਭਟਕਣਾ ਵਿੱਚ ਖਿਨ ਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਪਰ ਜਦੋਂ ਕਿਤੇ ਇਹ ਪਲ ਵਿੱਚ ਵੀ ਗੁਰੂ ਦਾ ਸੰਗ ਕਰਨਾ ਸਿੱਖ ਜਾਂਦਾ ਹੈ ਗੁਰੂ ਪਾਤਸ਼ਾਹ ਦੇ ਉਪਦੇਸ਼ ਚੰਗੇ ਲੱਗਦੇ ਨੇ ਉਪਦੇਸ਼ਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਜਿਉਣਾ ਬੜਾ ਚੰਗਾ ਲੱਗਦਾ ਹੈ ਤੇ ਫਿਰ ਉਸ ਗੁਰੂ ਦੀ ਸੰਗਤ ਦੇ ਵਿੱਚੋਂ हे ਨਾਨਕ ਜੀ ਇਹਨੂੰ ਰੱਬ ਦੇ ਪਿਆਰ ਦਾ ਰੰਗ ਛੜਦਾ ਹੈ ਤੇ ਰੱਬ ਦੇ ਪਿਆਰ ਵਿੱਚ ਭਿੱਜਦਾ ਹੈ ਜਦੋਂ ਰੱਬ ਦੇ ਪਿਆਰ ਵਿੱਚ ਭਿੱਜਦਾ ਹੈ ਤੇ ਆਨੰਦ ਸਰੂਪ ਦਾਤੇ ਦੇ ਆਨੰਦ ਰਸ ਨੂੰ ਮਾਣਦਾ ਹੈ ਆਨੰਦ ਰਸ ਨੂੰ ਮਾਣਦਾ ਹੈ ਤੇ ਸੰਸਾਰ ਦੇ ਇਹ ਜਿਹੜੇ ਉੱਪਰ ਦਿਖਾਏ ਗਏ ਕਦੀ ਹਰਖ ਸੋਗ ਬੈਰਾਗ ਕਦੀ ਖੁਸ਼ੀ ਕਦੀ ਸੋਗ ਕਦੀ ਚਿੰਤਾ ਕਦੀ ਰਾਸ ਇਹ ਫਿਰ ਸਾਰੇ ਸਮਝ ਆ ਜਾਂਦੇ ਨੇ ਤੇ ਇਸ ਤੋਂ ਨਿਰਲੇਪ ਰਹਿ ਕੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਾਸ ਵਿੱਚ ਜਿਉਣਾ ਆ ਜਾਂਦਾ ਹੈ ਰਾਗ ਆਸਾ ਮਹੱਲਾ 5ਵਾਂ ਘਰ 17ਵਾਂ ਆਸਾ ਵਰੀ ਆਸਾ ਰਾਗ ਦੇ ਵਿੱਚ ਗੁਰਦੰ ਦੇ ਪਾਤਸ਼ਾਹ ਜੀ ਦਾ 157ਵਾਂ ਸ਼ਬਦ ਹੈ ਸਵਰ ਤਾਲ ਦੇ ਪੇ ਦੇ ਅਨਸਾਰ ਇਸ ਨੂੰ 17ਵੇਂ ਘਰ ਵਿੱਚ ਗਾਉਣ ਦਾ ਹੁਕਮ ਹੈ ਤੇ ਆਸਾ ਦੀ ਜਿਹੜੀ ਕਿਸਮ ਹੈ ਉਹ ਆਸਾ ਵਰੀ ਹੈ ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ સ્વરૂਪ ਹੈ ੴ ਸਤਿਗੁਰ ਪ੍ਰਸਾਦਿ ਵਾਹਿਗੁਰੂ ਜੀ ਇੱਕ ਹੈ ਉਹ ਜੋ ਸਤਿਗੁਰ ਸਰੂਪ ਹੈ ਸੱਚਾ ਗਿਆਨ ਗੁਰਬਾਣੀ ਅੰਦਰ ਜੋ ਗੁਰੂ ਦੀ ਆਵਾਜ਼ ਗੁਰੂ ਸਾਹਿਬ ਕਹਿ ਕੀ ਰਹੇ ਨੇ ਉਹ ਰੱਬ ਦੀ ਆਵਾਜ਼ ਹੈ ਉਸ ਨੂੰ ਜਦੋਂ ਮੰਨਦੇ ਹਾਂ ਚੰਗਾ ਲੱਗਦਾ ਹੈ ਉਹਦਾ ਪ੍ਰਭਾਵ ਪੈਂਦਾ ਹੈ ਉਹ ਸਤਗੁਰੂ ਸਰੂਪ ਦੀ ਕਿਰਪਾ ਹੈ ਤੇ ਉਸ ਕਿਰਪਾ ਦੇ ਨਾਲ ਫਿਰ ਮਹਿਸੂਸ ਹੁੰਦਾ ਵਾਹਿਗੁਰੂ ਜੀ ਦੀ ਹੋਂਦ ਹਰ ਥਾਂ ਤੇ ਹੈ ਗੋਬਿੰਦ ਗੋਬਿੰਦ ਕਰ ਹਮਨਾ ਹਰ ਵੇਲੇ ਉਸ ਵਾਹਿਗੁਰੂ ਜੀ ਨੂੰ ਧਿਆਨ ਵਿੱਚ ਰੱਖ ਉਹਨੂੰ ਯਾਦ ਰੱਖਿਆ ਕਰ ਹਰ ਵੇਲੇ ਉਹਨੂੰ ਸਮਰਪਿਤ ਹੋ ਜਾ ਗੋਬਿੰਦ ਗੋਬਿੰਦ ਕਰਦੇ ਅਰਥ ਹੈ ਉਹਨੂੰ ਡੈਡੀਕੇਟਿਡ ਹੋ ਜਾ ਪੂਰਾ ਉਦੇ ਸਮਰਪਿਤ ਹੋ ਜਾ ਰੱਬੀ ਉਪਦੇਸ਼ ਨੂੰ ਖਿੜੇ ਮੱਥੇ ਮੰਨਣਾ ਸਿੱਖ ਰੱਬ ਦੇ ਨਿਜ਼ਮ ਵਿੱਚ ਤੁਰਨਾ ਚੰਗਾ ਲੱਗੇ ਤੈਨੂੰ ਉਹਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਰੋਮ ਰੋਮ ਵਿੱਚ ਖਿੜਿਆ ਹੋਵੇ ਆਰੇ ਹਾਰੇ ਮਨ ਪਿਆਰ ਹਾਂ ਉਹਦੇ ਲਈ ਮਨ ਦੇ ਵਿੱਚ ਰੱਬ ਦਾ ਪਿਆਰ ਪੈਦਾ ਕਰ ਪਿਆਰ ਵਿੱਚ ਭਜਿਆ ਕਰ ਪਿਆਰ ਕਿਵੇਂ ਪੈਦਾ ਹੋਏਗਾ ਜਿੰਨਾ ਰੱਬ ਦੇ ਉਪਦੇਸ਼ਾਂ ਬਾਰੇ ਪੜਾਂਗੇ ਸੁਣਾਂਗੇ ਪਿਆਰ ਜਾਗੇਗਾ ਸਤਸੰਗਤ ਵਿੱਚੋਂ ਇਹ ਪਿਆਰ ਜਾਗਦਾ ਹੈ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਪਕਤਣਾ ਹੋਏ ਤੇਰੀ ਰੱਬ ਦੇ ਗੂੜੇ ਪਿਆਰ ਬਿਨ ਭਗਤੀ ਨਹੀਂ ਹੋ ਸਕਦੀ ਤੇ ਉਹ ਪਿਆਰ ਸਤਸੰਗਤ ਵਿੱਚੋਂ ਜਾਗਦਾ ਜਦੋਂ ਸਤਸੰਗਤ ਵਿੱਚ ਕਥਾ ਕੀਰਤਨ ਸੁਣਦੇ ਹਾਂ ਰੱਬੀ ਬਚਨ ਰੱਬੀ ਉਪਦੇਸ਼ ਸੁਣਦੇ ਹਾਂ ਤੇ ਉਹ ਪਿਆਰ ਅੰਦਰ ਪੈਦਾ ਹੁੰਦਾ ਹੈ ਉਹ ਪਿਆਰ ਅੰਦਰ ਕਰ ਗੁਰ ਕਹਿਆ ਸੋ ਚਿਤ ਧਰ ਹਾਂ ਉਹਦੇ ਲਈ ਤਰੀਕਾ ਜਦੋਂ ਗੁਰੂ ਕੀ ਸੰਗਤ ਵਿੱਚ ਜਾਣਾ ਹੈ ਤਾਂ ਕਥਾ ਕੀਰਤਨ ਗੁਰਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰ ਜੋ ਗੁਰਬਾਣੀ ਅੰਦਰ ਗੁਰ ਦਿੱਤਾ ਗਿਆ ਜ਼ਿੰਦਗੀ ਜਿਉਣ ਦਾ ਜੁਗਤ ਦੱਸੀ ਗਈ ਟੈਕਨੀਕ ਉਹ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ ਉਸ ਗੁਰ ਸਰੂਪ ਦੇ ਵਿੱਚ ਕੋਈ ਨਾ ਕੋਈ ਉਪਦੇਸ਼ ਦੱਸਿਆ ਗਿਆ ਗੁਰ ਕਹਿਆ ਸੋ ਚਿਤ ਧਰ ਹਾਂ ਚਿਤ ਹੁੰਦਾ ਚੇਤਾ ਸ਼ਕਤੀ ਉਹਨੂੰ ਯਾਦ ਰੱਖ ਉਹਨੂੰ ਜਿਉਣਾ ਹੈ ਜ਼ਿੰਦਗੀ ਚ ਲਾਗੂ ਕਰਨਾ ਇਹ ਤਰੀਕਾ ਹੈ ਉਹਦਾ ਪਿਆਰ ਅੰਦਰ ਪੈਦਾ ਕਰਨ ਦਾ ਉਹਦਾ ਪਿਆਰ ਪੈਦਾ ਹੋਏਗਾ ਅਨਸਿਓ ਤੋਰ ਫੇਰ ਹਾਂ ਆਪਣੇ ਮਨ ਨੂੰ ਹੋਰ ਪਾਸੇ ਤੋਂ ਹੋਰ ਅਸਾਂ ਕਸਾ ਤੋਂ ਮੋੜ ਲੈ ਫੇਰਾ ਪਾ ਲੈ ਛੱਡ ਦੇ ਦੁਨਿਆਵੀ ਪ੍ਰਾਪਤੀਆਂ ਦਾ ਲੋਭ ਲਾਲਚ ਛੱਡ ਦੇ ਜਪ ਲੂਸੀਆਂ ਕਰਕੇ ਚੁੱਸ ਚਲਾਕੀਆਂ ਦੇ ਨਾਲ ਝੂਠ ਦਾ ਸਹਾਰਾ ਲੈ ਕੇ ਆਪਣੇ ਸਵਾਰਥ ਪੂਰੇ ਕਰਨੇ ਛੱਡਦੇ ਹੈ ਨਿੰਦਾ ਦੇ ਰਾਸ ਚੁਗਲੀ ਦੇ ਰਾਸ ਲੋਕ ਲਾਜ ਹੰਕਾਰ ਗਮਾਨ ਵਿਖਾਵਾ ਛੱਡਦੇ ਹੰਸੇ ਤੌਰ ਫਿਰ ਹਾਂ ਉਧਰੋਂ ਫੇਰਾ ਪਾ ਮਨ ਨੂੰ ਮੋੜ ਉਧਰੋਂ ਐਸੇ ਲਾਲਨ ਪਾਇਓ ਰੀ ਸਖੀ ਰਹਾਓ ਇਹ ਰਹਾ ਪਦਾ ਹੈ ਔਰ ਇੱਕ ਐਸਾ ਸ਼ਬਦ ਹੈ ਇਸ ਵਿੱਚ ਪੰਜ ਪੰਕਤੀਆਂ ਦਾ ਰਹਾਉ ਪਦਾ ਹੈ ਇਹ ਸਾਰਾ ਪਹਿਲਾ ਪਦਾ ਰਹਾਉ ਦਾ ਹੀ ਹੈ ਇਸ ਤਰੀਕੇ ਨਾਲ ਉਹ ਜੋ ਲਾਲਨ ਪ੍ਰੇਮ ਵਿੱਚ ਭਿੱਜੇ ਹੋਏ ਪ੍ਰੇਮ ਰਸ ਦੀਆਂ ਤਰੰਗਾਂ ਵੰਡਣ ਵਾਲੇ ਪਿਆਰੇ ਵਾਹਿਗੁਰੂ ਜੀ ਨੂੰ ਇਸ ਤਰੀਕੇ ਨਾਲ ਪਾਇਆ ਜਾ ਸਕਦਾ ਐ ਸਖੀ ਐ ਮੇਰੀ ਮਤ ਇਹ ਮਤ ਨੂੰ ਸੰਬੋਧਨ ਹੋ ਕੇ ਇਹ ਪਦਾ ਉਚਾਰਨ ਕੀਤਾ ਗਿਆ ਰਹਾਉ ਸੈਂਟਰਲ ਆਈਡੀਆ ਹੈ ਸਾਰਾ ਸ਼ਬਦ ਦਾ ਪੰਕਜ ਮੋਹ ਸਾਰਾ ਹਾਂ ਇਹ ਜਿਹੜਾ ਸੰਸਾਰ ਅਸੀਂ ਜਿਉ ਰਹੇ ਹਾਂ ਨਾ ਜਿਸ ਤਰੀਕੇ ਨਾਲ ਅਸੀਂ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਇਹ ਮਨ ਦਾ ਜਿਵੇਂ ਇੱਕ ਸਰੋਵਰ ਹੈ ਸਮੁੰਦਰ ਹੈ ਦਰਿਆ ਹੈ ਇਹਦੇ ਵਿੱਚ ਫਸੇ ਹੋਏ ਆ ਸਵਾਰਥੀ ਹੋ ਗਏ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਇਸ ਤੋਂ ਅੱਗੇ ਕੁਝ ਦਿਸਦਾ ਨਹੀਂ ਸਮਾਜ ਦੇ ਲਈ ਕੁਝ ਕਰਨਾ ਗੁਰੂ ਦੀ ਕੌਮ ਦੇ ਲਈ ਕੁਝ ਕਰਨਾ ਉਹ ਧਿਆਨ ਚੇਤਾ ਨਹੀਂ ਆ ਰਿਹਾ ਅਸੀਂ ਉਲਝੇ ਹੋਏ ਆ ਪਾਗ ਨਹੀਂ ਚੱਲਿਆ ਹਾਰ ਰਹਾਂ ਰੱਬ ਦੇ ਮਾਰਗ ਤੇ ਇਹ ਮਨ ਪੈਰ ਹੀ ਨਹੀਂ ਪੁੱਟਦਾ ਤੁਰਦਾ ਹੀ ਨਹੀਂ ਅੱਗੇ ਉੱਥੇ ਹੀ ਖੜਾ ਹੈ ਸਵਾਭਾਅ ਨਹੀਂ ਬਦਲਦਿਆ ਸੋਚ ਨਹੀਂ ਬਦਲਦਿਆ ਇਧਰ ਤੁਰਨਾ ਔਖਾ ਲੱਗ ਰਿਹਾ ਗਏ ਡੜੋ ਮੂੜ ਨਰਹਾ ਇਹ ਮਨੁੱਖ ਮੂੜ ਮੂਰਖ ਹੈ ਗਏ ਡੜਿਓ ਆਪਣੇ ਆਪ ਨੂੰ ਫਸਾਈ ਬੈਠਾ ਮੋਹ ਦੇ ਰਸ ਵਿੱਚ ਮੋਹ ਦੀ ਚਿੱਕੜ ਵਿੱਚ ਅਨਨ ਉਪਾਅ ਕਰ ਹਾਂ ਪਿਆਰਿਆ ਯਤਨ ਕਰ ਤੂੰ ਉਹ ਯਤਨ ਕਰ ਜਿਹੜੇ ਯਤਨਾ ਦੇ ਨਾਲ ਤਉ ਮੋਹ ਦੇ ਵਿੱਚ ਜੋ ਕਰ ਰਹੇ ਆ ਨਾ ਸਵਾਰਥ ਵਿੱਚ ਜੋ ਕਰ ਰਹੇ ਆ ਪਰਪਕਾਰ ਵਿੱਚ ਕਰਨਾ ਸ਼ੁਰੂ ਕਰ। ਜੋ ਨਿੰਦਾ ਚੁਗਲੀ ਦਾ ਰਸ ਕਰਦਾ ਹੈ ਮਾਨ ਦਾ ਨਾ ਔਗਣ ਫਰੋਲਦਾ ਹੈ ਗੁਣ ਦੇਖਣ ਦਾ ਯਤਨ ਕਰ ਗੁਣਾਂ ਦੀ ਚਰਚਾ ਕਰ। ਰਬ ਦੀ ਜੋਤ ਨੂੰ ਸਮਝ ਕੋ ਰੱਬ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਸੱਚੇ ਗਿਆਨ ਨੂੰ ਸਮਝ ਹਰ ਥਾਂ ਤੋਂ ਤਉ ਨਿਕਸੈ ਸ਼ਰਨ ਪੈ ਰੀ ਸਖੀ ਫੇਰ ਰੱਬ ਦੀ ਸ਼ਰਨ ਪੈ ਜਾ। ਪੂਰੀ ਸਮਰਪਿਤ ਹੋ ਜਾ ਆਪਣੇ ਗੁਰੂ ਪਿਤਾ ਜੀ ਨੂੰ ਤੇ ਵਾਹਿਗੁਰੂ ਪਿਤਾ ਜੀ ਨੂੰ। ਫਿਰ ਨਿਕਲੇਗਾ ਤੌਨਿਕਸਾ ਇਸ ਮੋਹ ਦੇ ਚੱਕਰ ਚੋਂ ਫਿਰ ਤੂੰ ਪਰਉਪਕਾਰੀ ਬਣੇਗਾ। ਸਵਾਰਥੀ ਲੋਭੀ ਨਹੀਂ। ਤ੍ਰਿਸ਼ਨਾ ਵਿੱਚ ਨਹੀਂ। ਪਰਉਪਕਾਰ ਵਿੱਚ ਦੂਜਿਆਂ ਨੂੰ ਜਿਉਣਾ ਤੈਨੂੰ ਚੰਗਾ ਲੱਗੇਗਾ। ਇਹ ਮੇਰੀ ਮਤ ਐ ਸਖੀ। ਇਸ ਤਰੀਕੇ ਨਾਲ ਬਚ ਸਕਦੇ ਆ। ਫਿਰ ਫਿਰ ਜਿੱਤ ਥਿਰ ਹਾਂ। اپنی ਜਿਹੜੀ ਚੇਤਾ ਸ਼ਕਤੀ ਹੈ ਨਾ ਇਨ ਅਡੋਲ ਰੱਖ ਸਹਜ ਰੱਖ ਅੰਦਰ ਡੁੱਲਿਆ ਨਾ ਕਰ ਬਾਨਗ੍ਰਹਿ ਸੰਸਾਰ ਹ ਜਿਹੜਾ ਮਨ ਚ ਭੁਲੇਖਾ ਹੈ ਨਾ ਵੀ ਇਹ ਜਿਹੜੇ ਘਰ ਵਿੱਚ ਰਹਿ ਕੇ ਘਰਵਾਰ ਜੰਜਾਲ ਮੈਨੂੰ ਘੇਰੀ ਬੈਠਾ ਮੈਂ ਘਰ-ਬਾਰ ਛੱਡ ਦਿਆਂ ਕਿਤੇ ਜੰਗਲਾਂ ਚ ਚੱਲਿਆ ਜਾਵਾਂ ਉੱਥੇ ਪਤਾ ਨਹੀਂ ਜੰਜਾਲ ਨਹੀਂ ਹੋਣਗੇ ਨਹੀਂ ਇਹ ਤੇਰੇ ਅੰਦਰ ਹੈ ਇੱਕੋ ਹੀ ਸਮਝ ਜੋ ਤੂੰ ਕਾਰਬਾਰ ਛੱਡ ਕੇ ਪਰਿਵਾਰ ਛੱਡ ਕੇ ਕਰਨਾ ਚਾਹੁੰਦਾ ਘਰ ਵਿੱਚ ਰਹਿ ਕੇ ਵੀ ਹੋ ਸਕਦਾ ਹੈ ਆਖੋਾਈ ਆਏ ਦੇ ਅਰਥ ਬਨ ਗ੍ਰਹਿ ਸੰਸਾਰ ਇੱਕੋ ਜਿਹਾ ਸਮਝ ਅਨ ਵਾਹਿਗੁਰੂ ਅੰਤਰ ਇਕ ਪਰ ਹ ਮਹਿਸੂਸ ਕਰ ਉਹ ਅੰਦਰ ਹੈ ਫਿਰ ਵਾਹਿਗੁਰੂ ਜੀ ਬਿਠੇ ਨੇ ਹਰ ਵੇਲੇ ਇਸ ਯਾਦ ਨੂੰ ਬਣਾ ਇਸ ਅਨੁਭਵਤਾ ਨੂੰ ਬਣਾ ਕੇ ਰੱਖ ਹਸ ਹਰ ਵੇਲੇ ਮਹਿਸੂਸ ਕਰ ਬਾਹਰ ਅਨੇਕ ਤਰ੍ਹਾਂ ਹ ਬਾਹਰ ਭਾਵੇਂ ਤੂੰ अनेका ਕੰਮ ਕਰ ਜੋ ਵੀ ਕੰਮ ਕਰੇਗਾ ਜ਼ਿੰਦਗੀ ਦਾ ਇੱਕ ਬੈਲੈਂਸ ਬਣਾ ਰਾਜਨ ਜੋਗ ਕਰ ਹਾ ਰਾਜ ਹੁੰਦਾ ਹੈ ਦੁਨਿਆਵੀ ਪ੍ਰਾਪਤੀਆਂ ਦੁਨਿਆਵੀ ਸੁਖ ਸੁਹੂਲਤਾ ਇਹ ਵੀ ਪ੍ਰਾਪਤ ਕਰ ਤੇ ਅੰਦਰੋਂ ਗੁਰੂ ਦੇ ਨਾਲ ਜੁੜਿਆ ਵੀ ਰਹੇ ਸਮਰਪਿਤ ਹੋ ਤੂੰ ਦਿਨੋ ਜੋਗ ਕਮਾਏਗਾ ਅੰਦਰੋਂ ਸੰਤ ਬਣੇਗਾ ਬਾਹਰੋਂ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਏਗਾ ਬਾਹਰੋਂ ਸਿਪਾਈ ਬਣੇਗਾ ਖੋਆ ਹੈ ਇਹ ਤੇ ਨੌਜਵਾਨ ਬੀਰਾਂ ਪੈਣਾ ਧੀਆਂ ਨੂੰ ਬੇਨਤੀ ਕਰਾਂ ਤਰੱਕੀਆਂ ਕਰੋ ਜਿੰਨੀਆਂ ਮਰਜੀ ਪ੍ਰਾਪਤੀਆਂ ਕਰੋ ਦੁਨਿਆਵੀ ਜਿੰਨੀਆਂ ਮਰਜੀ ਅਮੀਰੀ ਪ੍ਰਾਪਤ ਕਰੋ ਜਿੰਨੀ ਮਰਜੀ ਪਰ ਜ਼ਿੰਦਗੀ ਦਾ ਇੱਕ ਬੈਲੈਂਸ ਬਣਾ ਕੇ ਰੱਖੋ ਘਰ ਵਿੱਚ ਏਕਤਾ ਬੱਚਿਆਂ ਵਿੱਚ ਸੰਸਕਾਰ ਪਰਨੇ ਨੇ ਉਹਦੇ ਲਈ ਵੀ ਟਾਈਮ ਕੱਢੋ ਗੁਰੂ ਪਾਤਸ਼ਾਹ ਦੀ ਗੁਰਬਾਣੀ ਨੂੰ ਅਰਥਾਂ ਸਮੇਤ ਪੜੋ ਸਮਝੋ ਜ਼ਿੰਦਗੀ ਜਿਉ ਜ਼ਿੰਦਗੀ ਦਾ ਇੱਕ ਬੈਲੈਂਸ ਬਣਾ ਕੇ ਰੱਖੋ ਇਹ ਨਾ ਹੋਵੇ ਇੱਕ ਪਾਸੇ ਕਰਦੇ ਕਰਦੇ ਦੂਜਾ ਪਾਸਾ ਛੱਡ ਦਈਏ ਰਾਜਨ ਜੋਗ ਕਰਾ ਦੋਨੋਂ ਨਿਭਾ ਪਿਆ ਰਿਆ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਐ ਮੇਰੀ ਮਤ ਨਾਨਕ ਦੀ ਅਕਦੇ ਨੇ ਐ ਮੇਰੀ ਮਤ ਸਖੀਏ ਲੋਗ ਅਲੋਗੀ ਰੀ ਦੇ ਅਰਥ ਹੈ ਦੁਨੀਆ ਤੋਂ ਨਿਰਲੇਪ ਰਹਿ ਜ਼ਿੰਮੇਵਾਰੀਆਂ ਨਿਭਾ ਉਲਝ ਨਾ ਪਰਿਵਾਰ ਨੂੰ ਰੱਬ ਦੇ ਦਿੱਤੇ ਸਾਥੀ ਸਮਝ ਉਹਨਾਂ ਦੇ ਗੁਣਾ ਨੂੰ ਦੇਖ ਇਹ ਨੌਜਵਾਨ ਵੀਰੋ ਧੀਓ ਪੈਣੋ ਹਫਤੇ ਚੋਂ ਇੱਕ ਦਿਨ ਪ੍ਰਾਈਮ ਟਾਈਮ ਬਣਾਓ ਬੈਠੋ ਇੱਕ ਦੂਸਰੇ ਚ ਨੁਕਸ ਨਾ ਲੱਭੋ ਨੁਕਸ ਲੱਭੋਗੇ ਤਾਂ ਨੇ ਮੇਨੇ ਮਾਰਨ ਦੀ ਬਿਰਤੀ ਪੈਦਾ ਹੋ ਜਾਏਗੀ ਇੱਕ ਦੂਸਰੇ ਦੇ ਟੈਲੈਂਟ ਇੱਕ ਦੂਸਰੇ ਦੇ ਕੀਤੇ ਕੰਮ ਉਹਦੀ ਕੀਤੀ ਮਿਹਨਤ ਉਹਦੀ ਸ਼ਲਾਘਾ ਕਰੋ ਖੁਸ਼ੀਆਂ ਵੰਡੋਗੇ ਖੁਸ਼ੀਆਂ ਉਗਣਗੀਆਂ ਇਸ ਤਰ੍ਹਾਂ ਨਰਲੇਪ ਰਹਿਣਾ ਹੈ ਉਲਝਣਾ ਨਹੀਂ ਆਸਾਵਰੀ ਮਹੱਲਾ ਪੰਜਵਾਂ ਹੁਣ ਇਹ ਜਿਹੜਾ ਸ਼ਬਦ ਹੈ ਇਹਦਾ ਟਾਈਟਲ ਹੀ ਆਸਾਵਰੀ ਰਾਗ ਆਸਾ ਦੀ ਕਿਸਮ ਹੈ ਆਸਾਵਰੀ ਪੰਜਵੇਂ ਪਾਤਸ਼ਾਹ ਦਾ 158 ਨੰਬਰ ਸ਼ਬਦ ਹੈ ਮਾਨਸ਼ਾ ਏਕ ਮਾਨਹ ਮਨ ਦੇ ਅੰਦਰ ਇੱਕ ਇੱਛਾ ਬਣਾ ਲਾ ਇੱਕ ਤਾਂਗ ਪੈਦਾ ਕਰ ਇੱਕ ਖਿੱਚ ਹੋਵੇ ਤੇਰੇ ਅੰਦਰ ਕਿਹੜੀ ਗੁਰ ਸਿਉ ਨੇਤ ਧਿਆਨ ਹ ਹਰ ਵੇਲੇ ਤੇਰਾ ਧਿਆਨ ਗੁਰ ਸਰੂਪ ਵੱਲ ਹੋਵੇ ਉਹ ਰੱਬੀ ਉਪਦੇਸ਼ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ ਉਹਦੇ ਵੱਲ ਤੇਰਾ ਧਿਆਨ ਹੋਵੇ ਗੁਰੂ ਸਾਹਿਬ ਜੀ ਨੇ ਦੱਸਿਆ ਕੀ ਹੈ ਗੁਰੂ ਸਾਹਿਬ ਦੀ ਬਾਣੀ ਅੰਦਰ ਜੋ ਗੁਰੂ ਪਾਤਸ਼ਾਹ ਦੇ ਉਪਦੇਸ਼ ਨੇ ਉਹ ਗੁਰ ਸਰੂਪ ਹੈ ਉਹਦੇ ਵੱਲ ਧਿਆਨ ਕਰਾਂ ਦ੍ਰਿੜ ਸੰਤ ਮੰਤ ਗਿਆਨ ਹਾਂ ਜੋ ਇਥੇ ਸੰਤ ਦੇ ਅਰਥ ਗੁਰੂ ਸਾਹਿਬਾਨ ਗੁਰਬਾਣੀ ਦੇ ਰਚਨਹਾਰਿਆਂ ਨੇ ਮੰਤ ਜੋ ਸਲਾਹ ਦਿੰਦੀ ਹੁਈ ਹੈ ਉਪਦੇਸ਼ ਦਿੰਦਾ ਹੋਇਆ ਜੋ ਤੈਨੂੰ ਗਿਆਨ ਵੰਡਿਆ ਹੋਇਆ ਹੈ ਉਹਨੂੰ ਦ੍ਰਿੜ ਕਰ ਆਪਣੀ ਜ਼ਿੰਦਗੀ ਵਿੱਚ ਤੇਰੀਆਂ ਆਦਤਾਂ ਵਿੱਚ ਆਵੇ ਤੇਰੇ ਸੁਭਾਅ ਵਿੱਚ ਆਵੇ ਸੇਵਾ ਗੁਰ ਚਰਨਹ ਇਹ ਸੇਵਾ ਹੈ ਉਸ ਗੁਰ ਸਰੂਪ ਦੀ ਉਹ ਗੁਰ ਸਰੂਪ ਦੇ ਚਰਨ ਗੁਰ ਸਰੂਪ ਕੀ ਹੈ ਜ਼ਿੰਦਗੀ ਜਿਉਣ ਦਾ ਜੋ ਗੁਰ ਦਿੱਤਾ ਗਿਆ ਗੁਰਬਾਣੀ ਅੰਦਰ ਜੋ ਸਿੱਖਿਆਵਾਂ ਨੇ ਉਪਦੇਸ਼ ਹੈ ਗੁਰ ਸਰੂਪ ਹੈ ਤੇ ਉਹਦੇ ਚਰਨ ਕੀ ਹੈ ਉਪਦੇਸ਼ ਹੁਣ ਗੁਰ ਸਰੂਪ ਤਾਂ ਸਾਰਾ ਹੀ ਹੈ ਕਿਤੇ ਅੱਖਾਂ ਨਾਲ ਸੰਬੰਧਿਤ ਉਪਦੇਸ਼ ਨੇ ਕਿਤੇ ਜ਼ੁਬਾਨ ਨਾਲ ਸੰਬੰਧਿਤ ਉਪਦੇਸ਼ ਨੇ ਕਿਤੇ ਕੰਨਾਂ ਨਾਲ ਸੰਬੰਧਿਤ ਉਪਦੇਸ਼ ਨੇ ਉਹ ਸਾਰੇ ਦੇ ਸਾਰੇ ਗੁਰ ਸਰੂਪ ਹੈ ਪਰ ਜਦੋਂ ਅਸੀਂ ਇੱਕ ਉਪਦੇਸ਼ ਮੇਰੇ ਜ਼ੁਬਾਨ ਨਾਲ ਸੰਬੰਧਿਤ ਹੈ ਮੇਰੀ ਸੁਭਾਅ ਨਾਲ ਸੰਬੰਧਿਤ ਹੈ ਮੇਰੇ ਮਤ ਨਾਲ ਸੰਬੰਧਿਤ ਹੈ ਮੇਰੇ ਕੰਨਾਂ ਨਾਲ ਸੰਬੰਧਿਤ ਹੈ ਉਚਾਰਨ ਨੇ ਆਖੂਆ ਹੈ ਉਹਦੀ ਸੇਵਾ ਮੰਨਣਾ ਹੈ ਤਾ ਉਹ ਮਿਲਿਆ ਗੁਰ ਕਿਰਪਾਨ ਮੇਰੇ ਮਨਾਂ ਰਹਾਉ ਐ ਮੇਰੇ ਮਨਾ ਇਸ ਤਰ੍ਹਾਂ ਗੁਰ ਕਿਰਪਾਨ ਉਸ ਗੁਰ ਸਰੂਪ ਦੀ ਕਿਰਪਾ ਰਾਹੀ ਮਿਲਾਪ ਹੁੰਦਾ ਹੈ ਵਾਹਿਗੁਰੂ ਜੀ ਅੰਗ ਸੰਗ ਮਹਿਸੂਸ ਹੁੰਦੇ ਨੇ ਇਹ ਰਹਾਉ ਸੈਂਟਰਲ ਆਈਡੀਆ ਹੈ ਸ਼ਬਦ ਦਾ ਟੂਟੇ ਅਨਪ੍ਰਾਹਨ ਹਾਂ ਫਿਰ ਜਿਹੜੀਆਂ ਬਾਕੀ ਪਟਕਣਾਂ ਹਨ ਭਰਮ ਭਲੇਖੇ ਟੁੱਟ ਜਾਂਦੇ ਨੇ ਅਸਲੀਅਤ ਸਮਝ ਆ ਜਾਂਦੀ ਹੈ ਰਵਿਓ ਸਰਬ ਥਾਨ ਹਾਂ ਫਿਰ ਮਹਿਸੂਸ ਹੁੰਦਾ ਵਾਹਿਗੁਰੂ ਜੀ ਤਾਂ ਹਰ ਥਾਂ ਤੇ ਬਸੇ ਹੋਏ ਨੇ ਕੁਦਰਤ ਵਿੱਚ ਬਹੁਤ ਛੇਤੀ ਮਹਿਸੂਸ ਹੁੰਦੇ ਨੇ ਆ ਫੁੱਲ ਨੇ ਬੂਟੇ ਨੇ ਹਰੇ ਰੰਗਾਂ ਦੇ ਬੂਟੇ ਨੇ ਇਹਨਾਂ ਨੂੰ ਵੱਖ-ਵੱਖ ਰੰਗ ਕੌਣ ਪਰ ਗਿਆ ਉਹ ਵਾਹਿਗੁਰੂ ਜੀ ਹਰ ਥਾਂ ਤੇ ਨੇ ਰਬ ਉਹ ਸਰਬਥਾਨ ਹੈ ਉਹ ਸ਼ਕਤੀਆਂ ਬਣ ਕੇ ਨੇ ਕੁਦਰਤ ਵਿੱਚੋਂ ਨੇਚਰਲ ਫੋਰਸਸ ਦੇ ਰੂਪ ਵਿੱਚ ਸੌਖੀ ਸਮਝ ਆ ਜਾਂਦੀ ਹੈ ਉਹ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਨੇ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਊਵਾਂਗੇ ਅਨੁਭਵਤਾ ਬਣੇਗੀ ਹਰ ਵਰਤਾਰੇ ਵਿੱਚੋਂ ਕੁ ਸਿੱਖਣ ਨੂੰ ਮਿਲੇਗਾ। ਗੁਣ ਬਣ ਕੇ ਹਰ ਇੱਕ ਦੇ ਅੰਦਰ ਨੇ ਸਭ ਥਾਂ ਤੇ ਵਾਹਿਗੁਰੂ ਜੀ ਰਵੇ ਹੋਏ ਨੇ। ਲਹੇਉ ਜਮ ਭਿਆਨ ਹ ਵਾਹਿਗੁਰੂ ਜੀ ਦੀ ਪੈ ਪਾਵਨੀ ਵਿੱਚ ਜਿਉਣਾ ਸਿੱਖਾਂਗੇ। ਆ ਜਿਹੜੇ ਭਿਆਨਕ ਵਿਕਾਰ ਨੇ ਕਦੀ ਕ੍ਰੋਧ ਹਮਲਾ ਕਰਦਾ ਕਦੀ ਹੰਕਾਰ ਕਦੀ ਲੋਭ ਕਦੀ ਮੋਹ ਸਾਨੂੰ ਤੁਰਨ ਨਹੀਂ ਦਿੰਦਾ ਕੌਮੀ ਸੇਵਾਵਾਂ ਵੱਲ ਪੰਥਕ ਸੇਵਾमां ਵੱਲ ਸਮਾਜ ਦੇ ਭਲੇ ਲਈ ਪਰ ਉਪਕਾਰ ਲਈ ਤੁਰ ਨਹੀਂ ਦੇ ਰਿਆ ਬੜੇ ਭਿਆਨਕ ਨੇ ਇਹ ਫਿਰ ਇਹਨਾਂ ਦਾ ਜਾਲ ਦੂਰ ਨਿਕਲ ਜਾਂਦਾ ਹੈ ਇਹ ਜ਼ਿੰਦਗੀ ਜਿਉਂਦੇ ਆ ਸਭ ਕੁਝ ਹੁੰਦੇ ਆ ਉਹ ਸਭ ਕੁਝ ਆਪਾ ਵਾਰ ਕੇ ਆਪਣੇ ਗੁਰੂ ਲਈ ਪਿਤਾ ਵਾਹਿਗੁਰੂ ਜੀ ਲਈ ਕਰਦੇ ਨੇ ਪਾਇਓ ਪੇੜ ਥਾਨ ਹ ਸਮਝ ਲਓ ਇਸ ਮੁੱਚਾ ਸੰਸਾਰ ਇੱਕ ਬ੍ਰਿਕਸ਼ ਹੈ ਉਹਦਾ ਮੁੱਢ ਹੈ ਵਾਹਿਗੁਰੂ ਜੀ ਉਸ ਮੂਡ ਨੂੰ ਪਾ ਲਿਆ ਉਹਦੀ ਯਾਦ ਅੰਦਰ ਵਸ ਗਈ ਤਾ ਚੁਕੀ ਸਗਲ ਕਾਨ ਫਿਰ ਜਿਹੜਾ ਸੰਸਾਰ ਰੂਪੀ ਬ੍ਰਿਕਸ਼ ਹੈ ਨਾ ਇਹਦੇ ਵਿੱਚ ਲੋਕਾਂ ਦੀ ਮੁਥਾਜੀ ਕਰਨੀ ਗੁਲਾਮੀ ਕਰਨੀ ਲੋਕ ਲਾਜ ਲੋਕਾਂ ਨੂੰ ਖੁਸ਼ ਕਰਨ ਵਾਸਤੇ ਫੈਸਲੇ ਲੈਣੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਮ ਕਰਨੇ ਇੱਥੋਂ ਤੱਕ ਧਰਮ ਦੇ ਕਰਮ ਵੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਨੇ ਇਹ ਫਿਰ ਅੰਦਰੋਂ ਲੋਕ ਲਾਜ ਖਤਮ ਹੋ ਜਾਂਦੀ ਹੈ ਚੰਗੀ ਨਹੀਂ ਲੱਗਦੀ ਲਹਿਨੋ ਜਸ ਮਥਾਨ ਹ ਜਿਹਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਵ ਸੋਚ ਉੱਚੀ ਹੋ ਜਾਂਦੀ ਹੈ ਜਿਉਂ-ਜਿਉਂ ਗੁਰਬਾਣੀ ਨੂੰ ਪੜਾਂਗੇ ਗੁਰੂ ਪਾਤਸ਼ਾਹ ਦਾ ਨਜ਼ਰੀਆ ਗੁਰੂ ਪਾਤਸ਼ਾਹ ਦੀ ਸੋਚ ਗੁਰੂ ਪਾਤਸ਼ਾਹ ਦੀ ਆਈਡੈਓਲੋਜੀ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਗੁਰੂ ਪਾਤਸ਼ਾਹ ਦਾ ਪ੍ਰੋਸਪੈਕਟਿਵ ਪੁਆਇੰਟ ਆਫ View ਗੁਰੂ ਪਾਤਸ਼ਾਹ ਦਾ ਨਜ਼ਰੀਆ ਸਮਝ ਆਉਂਦਾ ਤੇ ਜਿੰਨਾ ਸਮਝ ਆਉਂਦਾ ਉਸ ਤਰ੍ਹਾਂ ਦਾ ਸਾਡਾ ਨਜ਼ਰੀਆ ਸਾਡੀ ਸੋਚ ਬਣ ਜਾਂਦੀ ਹੈ ਜਿਉਂ-ਜਿਉਂ ਗੁਰਮਤ ਵਾਲੀ ਸੋਚ ਬਣेंगी ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਸੋਚ ਬਣेंगी ਉਹ ਮਸਤਕ ਦੇ ਭਾਗ ਨੇ ਆਖੋ ਵਾਹਿਗੁਰੂ ਇਹ ਮਸਤਕ ਦੇ ਭਾਗ ਜਦੋਂ ਸੋਚ ਬਣ ਜਾਂਦੀ ਹੈ ਭੈ ਪਾਪ ਕਪਾਰ ਪਰਾਨ ਹ ਇਹ ਜਿਹੜਾ ਵਿਕਾਰਾਂ ਦੀ ਅੱਗ ਦਾ ਭੈ ਹੈ ਨਾ ਲੱਗਦਾ ਕਿ ਕ੍ਰੋਧ ਕੰਟਰੋਲ ਨਹੀਂ ਹੋਏਗਾ ਅੰਦਰ ਭੈ ਹੈ ਲੱਗਦਾ ਜੀ ਲੋਕ ਲਾਲਚ ਕਿਵੇਂ ਛੱਡੀ ਜਾ ਸਕਦੀ ਹੈ ਜੀ ਹੰਕਾਰ ਕਿਵੇਂ ਛੱਡਿਆ ਜਾ ਸਕਦਾ ਜੀ ਲੋਭ ਲਾਲਚ ਕਿਵੇਂ ਛੱਡਿਆ ਜਾ ਸਕਦਾ ਪਰਪਰਾਨ ਪਰੇ ਭੱਜ ਜਾਂਦੇ ਨੇ ਸੱਚੀ ਛੱਡੇ ਜਾਂਦੇ ਨੇ ਚੰਗਾ ਨਹੀਂ ਲੱਗਦਾ ਨਿਜ ਘਰ ਤੇ ਸਹਥਾਨ ਹ ਫਿਰ ਅਸਲੀ ਕਰ ਅਸਲੀ ਸੁਭਾਅ ਅਸਲੀ ਸੋਚ ਅਸਲੀ ਭਾਵਨਾ ਮਿਲ ਜਾਂਦੀਆਂ ਨੇ ਉਹ ਅਸਲੀ ਟਿਕਾਣਾ ਹੈ ਸ਼ੁੱਧ ਸੋਚ ਸ਼ੁੱਧ ਨੀਅਤ ਸ਼ੁੱਧ ਵਿਚਾਰ ਸ਼ੁੱਧ ਜਜ਼ਬੇ ਸ਼ੁੱਧ ਲਗਨ ਫਿਰ ਇਸ ਲਗਨ ਜਜ਼ਬੇ ਨੀਅਤ ਇਹਦੀ ਸ਼ੁੱਧ ਦਿਸ਼ਾ ਵਸ ਫਿਰ ਅਸਲੀ ਟਿਕਾਣਾ ਵਾਹਿਗੁਰੂ ਜੀ ਦਾ ਰਸ ਮਿਲਦਾ ਹੈ ਹਰ ਰਸ ਰਸਹਿਮਾਨ ਹ ਇਸ ਰਸ ਨੂੰ ਸਰਤ ਕਰਕੇ ਮੰਨਣਾ ਚਾਹੀਏ ਅੰਦਰੋਂ ਭਜ ਕੇ ਹਰੀ ਦੇ ਰਾਸ ਨੂੰ ਮੰਨਣਾ ਚਾਹੀਦਾ ਹੈ ਇਹਨੂੰ ਮਾਣ ਲਾਥੀ ਤਿਸਪਖਾਨ ਹਾਂ ਦੀ ਨਿਸ਼ਾਨੀ ਹੈ ਜਦੋਂ ਰੱਬ ਦਾ ਰਸ ਆਉਣ ਲੱਗ ਪਿਆ ਨਾ ਫਿਰ ਅੰਦਰੋਂ ਤ੍ਰਿਸ਼ਨਾ ਮੁੱਕ ਜਾਏਗੀ ਲੋਭ ਮੁੱਕ ਜਾਏਗਾ ਸਵਾਰਥੀ ਨਹੀਂ ਹੋਏਗਾ ਉਹ ਪਰਉਪਕਾਰੀ ਹੋਏਗਾ ਉਹ ਆਪਣੇ ਲਈ ਨਹੀਂ ਜਿਵੇਂਗਾ ਦੂਜਿਆਂ ਲਈ ਜਿਵੇਂਗਾ ਇਹ ਤੇ ਭੁੱਖ ਦੇ ਅਰਥ ਤ੍ਰਿਸ਼ਨਾ ਹੈ ਲੋਭ ਹੈ ਉਹ ਗਰੀਡੀ ਨਹੀਂ ਹੋਏਗਾ ਨਾਨਕ ਸਹਜ ਸਮਾਇਓ ਰੇ ਮਨਾ ਹੈ ਨਾਨਕ ਜੀ ਉਹਨਾਂ ਦੇ ਅੰਦਰ ਫਿਰ ਅਡੋਲਤਾ ਆ ਜਾਂਦੀ ਹੈ ਸਹਿਜ ਆ ਜਾਂਦਾ ਸਹਿਜ ਵਿੱਚ ਸਮਾਇ ਰਹਿੰਦੇ ਨੇ ਇਹ ਬਣਾ ਤੂੰ ਸਹਿਜ ਵਿੱਚ ਸਮਾਇਆ ਰਿਹਾ ਕਰ ਫੈਸਲਾ ਲੈਣਾ ਸੋਚ ਸਮਝ ਕੇ ਬੋਲਣਾ ਸੋਚ ਸਮਝ ਕੇ ਜਿੱਥੇ ਬਹੁਤ ਡਬਲ ਮੈਂਡਡ ਹੁੰਦੇ ਨੇ ਬੋਲਾਂ ਕਿ ਨਾ ਬੋਲਾਂ ਚੁੱਪ ਚੰਗੀ ਹੈ ਆਸਾਵਰੀ ਮਹੱਲਾ 5 ਹੁਣ ਫਿਰ ਅੱਗੇ ਆਸਾਵਰੀ ਰਾਗ ਹੈ ਪੰਚਮ ਪਾਥਿਆ ਦਾ ਸ਼ਬਦ ਹੈ 159ਵਾਂ ਸ਼ਬਦ ਹੈ ਹਰ 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 ਗੁਣੀ ਹੈ ਵਾਹਿਰ ਸੱਚੇ ਪਾਤਸ਼ਾ ਗੁਣਾ ਦੇ ਖਜ਼ਾਨੇ ਨੇ ਆਪਣੇ ਅੰਦਰ ਗੁਣਾ ਵਾਲਾ ਜੀਵਨ ਜਿਉ ਰੱਬ ਦੇ ਗੁਣਾ ਦੇ ਨਾਲ ਸ਼ੁਕਰਾਨਾ ਕਰਦੇ ਹਾਂ ਗੁਣਾ ਨੂੰ ਪਰਪਕਾਰ ਲਈ ਵਰਤ ਹਰ ਇੱਕ ਵਿੱਚੋਂ ਗੁਣਾ ਨੂੰ ਦੇਖ ਤੇ ਗੁਣਾ ਦੀ ਚਰਚਾ ਕਰਿਆ ਖੜਾ ਰੱਖੋ ਜਿਪੀਐ ਸਹਿਜ ਧੁਨੀ ਹਾਂ ਅੰਦਰ ਸਹਿਜ ਰੱਖ ਸਹਜ ਦੇ ਨਾਲ ਉਹਦੀ ਆਵਾਜ਼ ਰੱਬ ਦੀ ਆਵਾਜ਼ ਰੱਬੀ ਉਪਦੇਸ਼ ਨੂੰ ਯਾਦ ਕਰ ਜਿੰਦਗੀ ਤੇ ਲਾਗੂ ਕਰ ਇਹ ਵੀ ਇੱਕ ਜਪਨਾ ਹੈ ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਾਸ ਵਿੱਚ ਜਿਵੇਂ ਆਕਰ ਸਾਧੂ ਰਸਨ ਬਣੀ ਹੈ ਉਹ ਜਿਹੜੀ ਧੁਨੀ ਹੈ ਉਹ ਸਾਧੂ ਗੁਰੂ ਸਹਿਬਾਨਾ ਨੇ ਆਪਣੀ ਜ਼ੁਬਾਨ ਤੋਂ ਰੱਬ ਦੇ ਪਿਆਰ ਵਿੱਚ ਭਜ ਕੇ ਕਹੀ ਹੋਈ ਹੈ ਕੋਈ ਉਸ ਆਵਾਜ਼ ਦਾਤੂ ਮੀ ਰਸ ਮਾਨ ਉਸ ਆਵਾਜ਼ ਨੂੰ ਸੁਣਿਆ ਕਰ ਪਿਆਰ ਵਿੱਚ ਭਿੱਜ ਕੇ ਸੁਣਿਆ ਕਰ ਆ ਜਿਹੜੀ ਗੁਰਬਾਣੀ ਹੈ ਗੁਰੂ ਪਾਤਸ਼ਾਹ ਦੀ ਰਸਨਾ ਦੇ ਵਿੱਚੋਂ ਰੱਬ ਦੇ ਪਿਆਰ ਵਿੱਚ ਭਿੱਜ ਕੇ ਸੁਣਾਈ ਗਈ ਹੈ ਇਸ ਲਈ ਸੁਣਦੇ ਆ ਵੀ ਰਸ ਆਉਂਦਾ ਹੈ ਪੜ੍ਹਦੇ ਆ ਵੀ ਰਸ ਆਉਂਦਾ ਹੈ ਇਸ ਰਸ ਨੂੰ ਮਾਨਿਆ ਕਰ ਛੂਟਨ ਬਿਦ ਸੁਣੀ ਹਾ ਸੋਣ ਇਸ ਵਿੱਚ ਇਸ ਵਿੱਚ ਆਦਤਾਂ ਤੋਂ ਮੁਕਤੀ ਦੇਣ ਦੀ ਵਿਧੀ ਦੱਸੀ ਗਈ ਹੈ ਆਦਤਾਂ ਤੋਂ ਖਿਹੜਾ ਛਡਾਉਣ ਵਾਸਤੇ ਵਿਧੀ ਦੱਸੀ ਗਈ ਹੈ ਗੁਰ ਦਿੱਤਾ ਗਿਆ ਜਿੰਦਗੀ ਜਿਉਣ ਦਾ ਸੁਣ ਉਸ ਨੂੰ ਗੁਰ ਪਾਤਸ਼ਾਹ ਦੇ ਗੁਰ ਸਰੂਪ ਨੂੰ ਸੁਨਿਆ ਕਰ ਸਮਝਿਆ ਕਰ ਗੁਰੂ ਸਾਹਿਬ ਕਹਿ ਕੀ ਰਹੇ ਨੇ ਗੁਰੂ ਸਾਹਿਬ ਸਿਖਾ ਕੀ ਰਹੇ ਨੇ ਆਖੋ ਵਾਹਿਗੁਰੂ ਵਾਈਏ ਵੱਡ ਪੁਨੀ ਮੇਰੇ ਮਨ ਆ ਰਹਾ ਉਹ ਇਹ ਮੇਰੇ ਮਨ ਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਉਦੋਂ ਬਖਸ਼ਿਸ਼ ਹੁੰਦੀ ਹੈ ਰੱਬ ਖੁਸ਼ ਹੁੰਦਾ ਹੈ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਬਚਨ ਸੁਣਨ ਦਾ ਅੰਦਰ ਚਾਉ ਰਸ ਜਾਗਦਾ ਖੋਜਾਂ ਹੈ ਜਨ ਮੁਨੀ ਹਾ ਮੁਨੀ ਜਨ ਲੋਕ ਇਸ ਨੂੰ ਖੋਜਦੇ ਸਨ ਉਹ ਵੀ ਯਤਨ ਕਰਦੇ ਸੀ ਉਹਨਾਂ ਅੰਦਰ ਵੀ ਤਾਂਗ ਸੀ ਰੱਬ ਦੇ ਰਸ ਦੀ ਸਰਬ ਕਾ ਪ੍ਰਭ ਧਨੀ ਹਾ ਸਾਰਿਆਂ ਦਾ ਧਨੀ ਮਾਲਕ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਰਸ ਵੰਡਦੇ ਨੇ ਉਪਦੇਸ਼ ਵੰਡਦੇ ਨੇ ਉਬਖਸ਼ਣ ਦਿੰਦੇ ਨੇ ਉਹ ਗੁਣ ਦਿੰਦੇ ਨੇ ਦੋ ਲੱਭ ਕਲ ਦੁਨੀਆ ਇਹ ਜਿਹੜਾ ਕਲ ਜੁਗੀ ਦੁਨੀਆ ਨਾ ਸੰਸਾਰ ਇਹਦੇ ਵਿੱਚ ਇਹ ਦੁਰਲਭ ਹੈ ਔਖਾ ਹੈ ਜਿੰਨਾ ਦੁਨਿਆਵੀ ਰਸਾਂ ਕਸਾਂ ਵਿੱਚ ਫਸੇਗਾ ਜਿੰਨਾ ਦੁਨਿਆਵੀ ਉਲਝਣ ਤਾਣੀਆਂ ਵਿੱਚ ਫਸੇਗਾ ਇਸ ਪਾਸੇ ਤੁਰਨਾ ਔਖਾ ਹੋਵੇਗਾ ਪਰ ਜਿਹੜਾ ਤੁਰ ਗਿਆ ਦੁੱਖ ਬਿਨਾ ਸਨੀਹ ਉਹਦੀ ਜ਼ਿੰਦਗੀ ਚ ਦੁੱਖ ਭਮੇ ਆਉਂਦੇ ਨੇ ਪਰ ਉਹ ਦੁਖੀ ਨਹੀਂ ਕਰਦੇ ਰਬਾ ਪੂਰਨ ਆਸਨੀ ਮੇਰੇ ਮਨਾ ਐ ਮੇਰੇ ਮਨਾ ਇੱਕੋ ਇੱਕ ਆਸ ਉਸ ਪ੍ਰਭੂ ਤੇ ਹੈ ਉਹ ਪਰਿਪੂਰਨ ਹੈ ਰਬਾ ਪੂਰਨ ਆਸਨੀ ਉਸ ਨੇ ਤੇਰੀਆਂ ਜਿਹੜੀਆਂ ਦੁਨਿਆਵੀ ਰਸਾ ਕਸਾਂ ਦੀਆਂ ਆਸ਼ਾਾਂ ਮਾਂ ਨੇ ਉਹ ਤਾਂ ਖਤਮ ਕਰ ਦੇਣੀਆਂ ਨੇ ਇਸ ਪਾਸੇ ਤੁਰਨ ਦੀਆਂ ਆਸ਼ਾਾਂ ਮਾਂ ਪੂਰੀਆਂ ਕਰ ਦੇਣੀਆਂ ਨੇ ਪੂਰਨ ਆਸਨੀ ਆਸਨੀ ਦੇਰਤਾ ਇਸ ਪਾਸੇ ਮਾਰਗ ਦੀ ਆ ਤੇਰੀਆਂ ਆਸ਼ਾਾਂ ਮਾਂ ਪੂਰੀਆਂ ਕਰ ਦੇਣੀਆਂ ਜੇ ਤੇਰੇ ਮਨ ਵਿੱਚ ਇੱਛਾ ਹੈ ਕਿ ਮੇਰੇ ਅੰਦਰ ਰੱਬ ਦਾ ਪਿਆਰ ਜਾਗੇ ਇਹ ਆਸਾ ਉਹਨੇ ਪੂਰੀ ਕਰ ਦੇਣੀ ਹੈ ਜੇ ਤੇਰੇ ਅੰਦਰ ਇੱਛਾ ਬਣ ਗਈ ਨਾ ਤੜਫ ਬਣ ਗਈ ਮੈਂ ਗੁਰਬਾਣੀ ਨੂੰ ਸਮਝਾਂ ਜ਼ਿੰਦਗੀ 'ਚ ਲਾਗੂ ਕਰਾਂ ਗੁਣਾ ਵਾਲਾ ਜੀਵਨ ਜਿਉਮਾਂ ਤੇਰੀ ਆਸਾ ਪੂਰੀ ਕਰਨੀ ਹੈ ਮਨਸੋ ਸੇਵਿਆ ਹੰ ਅਮਨ ਉਸ ਨੂੰ ਸੇਵਾ ਸੇਵਾ ਕਰਉ ਦੀ ਉਹਨੂੰ ਮੰਨਿਆ ਕਰ ਦਿਲ ਵਿੱਚ ਵਸਾਇਆ ਕਰ ਅਲਖ ਅਭੇਵੀ ਹੈ ਹਾਂ ਉਹ ਲਖਿਆ ਨਹੀਂ ਜਾ ਸਕਦਾ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ ਉਹਦੀ ਸੇਵਾ ਰੱਬ ਦੀ ਬਣਾਈ ਮਨੁੱਖਤਾ ਦੀ ਸੇਵਾ ਹੈ ਪਰਉਪਕਾਰ ਰੱਬ ਦੀ ਸੇਵਾ ਵੀ ਹੈ ਪਰਉਪਕਾਰ ਗੁਰੂ ਦੀ ਸੇਵਾ ਵੀ ਹੈ ਜਦੋਂ ਇਹ ਸੋਚ ਕੇ ਪਰਉਪਕਾਰ ਕੀਤਾ ਜਾਂਦਾ ਹੈ ਕਿ ਕੌਮ ਦੀ ਚੜ੍ਹਦੀ ਕਲਾ ਦੇ ਬੀਜ ਬੀਜੇ ਜਾਣ ਕੌਮ ਦੀ ਚੜ੍ਹਦੀ ਕਲਾ ਪੈਦਾ ਹੋਵੇ ਉਹ ਜਿਹੜੀ ਸੇਵਾ ਹੈ ਉਹ ਗੁਰੂ ਪਿਤਾ ਜੀ ਤੇ ਵਾਹਿਗੁਰੂ ਜੀ ਦੀ ਸੇਵਾ ਹੈ فیر واہگرو جی بہت خوش ਹੁੰਦੇ ਨੇ ਉਹ ਜਾਣੇ ਨਹੀਂ ਜਾ ਸਕਦੇ ਅਲੱਖ ਹੈ ਭੇਦ ਨਹੀਂ ਪਾਇਆ ਜਾ ਸਕਦਾ ਪਰ ਜਿੰਨੀ ਜਿੰਨੀ ਉਹਨਾਂ ਦੀ ਬਖਸ਼ਿਸ਼ ਮਿਲ ਗਈ ਉਨੀ ਉਨੀ ਸਮਝ ਆ ਜਾਏਗੀ ਤਾਂ ਸਿਉ ਪ੍ਰੀਤ ਕਰ ਹ ਉਸਨੇ ਗੂੜੀ ਪ੍ਰੀਤ ਕਰ ਮਨਾ واہگرو جی ਦੇ ਨਾਲ ਇੱਕ ਐਸੀ ਪ੍ਰੀਤ ਹੋਵੇ ਆਪਣੇ ਆਪ ਤੇਰੇ ਮਨ ਵਿੱਚ واہਗرو جی ਪ੍ਰਤੀ ਖਿੱਚ ਹੋਵੇ ਉਹਦੀ ਮਿੱਠੀ ਮਿੱਠੀ ਯਾਦ ਆਪਣੇ ਆਪ ਚਲਦੀ ਹੋਵੇ ਵਿੰਸਨ ਨਾ ਜਾਏ ਮਰ ਹ ਉਹ ਨਾ ਵਾਹਿਗੁਰੂ ਜੀ ਉਹਦੀਆਂ ਸ਼ਕਤੀਆਂ ਉਹਦੇ ਗੁਣ ਉਹਦੀਆਂ ਬਖਸ਼ੀਆਂ ਉਹਦਾ ਨਿਜ਼ਮ ਨਾ ਕਦੀ ਵਿੰਸੇਗਾ ਨਾ ਉਹ ਜਨਮ ਮਰਨ ਵਿੱਚ ਉਹਦਾ ਨਿਜ਼ਮ ਸਦੀਵੀ ਹੈ ਸਦਾ ਰਹੇਗਾ ਉਹਦੇ ਗੁਣ ਸਦੀਵੀ ਨੇ ਸਦਾ ਰਹਿਣਗੇ ਸਾਡੇ ਅੰਦਰੋਂ ਗੁਣ ਮਰ ਜਾਂਦੇ ਨੇ ਪਰ ਗੁਣ ਸਮੁੱਚੇ ਬ੍ਰਹਿਮੰਡ ਵਿੱਚੋਂ ਨਹੀਂ ਮਰਦੇ ਉਹਦੀ ਬਖਸ਼ਿਸ਼ ਸਦੀਵੀ ਹੈ ਸਮਝ ਕਿਵੇਂ ਲੱਗਦੀ ਗੁਰ ਤੇ ਜਾਣਿਆ ਹਾਂ ਉਜ ਗੁਰ ਸਰੂਪ ਹੈ ਗੁਰਬਾਣੀ ਅੰਦਰ ਜੋ ਸਿੱਖਿਆ ਮਾਂ ਨੇ ਗਿਆਨ ਵੰਡਿਆ ਗਿਆ ਉਪਦੇਸ਼ ਹੈ ਉਸ ਦੇ ਨਾਲ ਸਮਝ ਪਵੇਗੀ ਤੇ ਰੱਬ ਦੇ ਨਾਲ ਸਾਝ ਪਵੇਗੀ ਜਾਣਣਾ ਹੁੰਦਾ ਸਾਝ ਤੈਨੂੰ ਰੱਬੀ ਮਾਰਗ ਚੰਗਾ ਲੱਗੇਗਾ ਨਾਨਕ ਮਨ ਮਾਨਿਆ ਮੇਰੇ ਮਨਾ ਇਹ ਨਾਨਕ ਦੀ ਅੱਖ ਦੇ ਨੇ ਆਪਣੇ ਆਪ ਨੂੰ ਸਮੋਧਨ ਕਰਕੇ ਐ ਮੇਰੇ ਮਨਾ ਜਦੋਂ ਮਨ ਭਿੱਜਣ ਲੱਗ ਜਾਵੇ ਮਨ ਮੰਨਣ ਲੱਗ ਜਾਵੇ ਮਨ ਨੂੰ ਰੱਬੀ ਉਪਦੇਸ਼ ਚੰਗੇ ਲੱਗਣ ਇਹ ਗੱਲ ਯਾਦ ਰੱਖਿਓ ਜਿਹੜੀ ਗੱਲ ਮਨ ਨੂੰ ਚੰਗੀ ਲੱਗਦੀ ਹੈ ਉਸੇ ਨੂੰ ਮਨ ਧਿਆਨ ਨਾਲ ਸੁਣਦਾ ਇਸ ਲਈ ਕਿਹਾ ਗਿਆ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਾਤੀ ਇਥ ਮੰਨ ਲਾਓ ਜਿਹੜੀ ਗੱਲ ਮਨ ਨੂੰ ਚੰਗੀ ਲੱਗਦੀ ਹੈ ਉਹ ਮਨ ਮੰਨਦਾ ਹੈ ਤੇ ਜਦੋਂ ਮੰਨਦਾ ਹੈ ਤੇ ਦੀਆਂ ਆਤਮ ਬਦਲਦੀਆਂ ਨੇ ਐਮਨਾ ਰੱਬੀ ਉਪਦੇਸ਼ਾਂ ਨੂੰ ਮੰਨਿਆ ਕਰ ਉਦੀ ਮਿੱਠੀ ਮਿੱਠੀ ਯਾਦ ਦੇ ਸਿਮਰ ਲਾਸ ਭੇਜਿਆ ਕਰ ਭੁੱਲਾਂ ਚੁੱਕਾਂ ਦੀ ਖਿਮਾ ਜੀ ਕੱਲ ਨੂੰ ਫਿਰ 400 ਅੰਕ 410 ਅੰਕ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ